ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਵਾਗਤ ਹੈ ਤੁਹਾਡਾ ਯਮ ਤੜਕਾ ਪੰਜਾਬੀ ਕੁਕਿੰਗ ਦੇ ਵਿੱਚ। ਅੱਜ ਆਪਾਂ ਤਰੀ ਵਾਲੇ ਸਫੇਦ ਛੋਲੇ ਬਣਾ ਕੇ ਤਿਆਰ ਕਰਾਂਗੇ। ਇਹਨਾਂ ਨੂੰ ਪੰਜਾਬੀ ਛੋਲੇ ਮਸਾਲਾ ਵੀ ਕਿਹਾ ਜਾਂਦਾ ਹੈ। ਬਹੁਤ ਜ਼ਰਾ ਟੇਸਟੀ ਬਣ ਕੇ ਤਿਆਰ ਹੁੰਦੇ ਹਨ ਅਤੇ ਬਹੁਤ ਹੀ ਆਸਾਨ ਤਰੀਕੇ ਨਾਲ ਆਪਾਂ ਇਹ ਛੋਲੇ ਮਸਾਲਾ ਬਣਾ ਕੇ ਤਿਆਰ ਕਰਾਂਗੇ। ਤੁਸੀਂ ਇਹ ਛੋਲੇ ਮਸਾਲਾ ਚਾਵਲ ਨਾਲ, ਰੋਟੀ ਨਾਲ, ਪੂੜੀਆਂ ਨਾਲ, ਕਿਸੇ ਵੀ ਚੀਜ਼ ਨਾਲ ਖਾ ਸਕਦੇ ਹੋ। ਬਹੁਤ ਹੀ ਮਜ਼ੇਦਾਰ ਲੱਗਦੇ ਹਨ। ਅਤੇ ਜੇਕਰ ਤੁਸੀਂ ਪਹਿਲੀ ਵਾਰੀ ਮੇਰੇ ਚੈਨਲ 'ਤੇ ਵਿਜ਼ਿਟ ਕਰ ਰਹੇ ਹੋ ਤਾਂ ਪਲੀਜ਼ ਮੇਰੇ ਚੈਨਲ ਯਮ ਤੜਕਾ ਪੰਜਾਬੀ ਕੁਕਿੰਗ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਅਤੇ ਨਾਲ ਲੱਗਦੇ ਬੈਲ ਆਈਕਨ ਜ਼ਰੂਰ ਪ੍ਰੈਸ ਕਰੋ ਤਾਂ ਕਿ ਮੇਰੀ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲਣ। ਅਤੇ ਆਓ ਬਹੁਤ ਹੀ ਟੇਸਟੀ ਪੰਜਾਬੀ ਛੋਲੇ ਮਸਾਲਾ ਬਣਾਉਣ ਦੀ ਰੈਸਪੀ ਸ਼ੁਰੂ ਕਰਦੇ ਹਾਂ। ਪੰਜਾਬੀ ਛੋਲੇ ਮਸਾਲਾ ਬਣਾਉਣ ਵਾਸਤੇ ਇੱਥੇ ਮੈਂ ਸਫੇਦ ਛੋਲੇ ਯਾਨੀ ਕਿ ਚਿੱਟੇ ਛੋਲੇ 300 ਗ੍ਰਾਮ ਲਏ ਸੀਗੇ। ਇਹਨਾਂ ਨੂੰ ਮੈਂ 4 ਘੰਟੇ ਪਹਿਲਾਂ ਪਾਣੀ ਵਿੱਚ ਭਿਉਂ ਕੇ ਰੱਖ ਦਿੱਤਾ ਸੀਗਾ। ਗਰਮੀ ਦਾ ਮੌਸਮ ਹੈ, ਛੋਲੇ ਬਹੁਤ ਜ਼ਿਆਦਾ ਫੁੱਲ ਗਏ ਹਨ ਅਤੇ ਕੁਆਂਟਿਟੀ ਵਿੱਚ ਵੀ ਡਬਲ ਹੋ ਗਏ ਹਨ। ਹੁਣ ਆਪਾਂ ਇਹਨਾਂ ਦਾ ਇਹ ਵਾਲਾ ਪਾਣੀ ਕੱਢ ਕੇ ਸਾਫ਼ ਪਾਣੀ ਨਾਲ ਵਾਸ਼ ਕਰ ਲਵਾਂਗੇ। ਹੁਣ ਇੱਥੇ ਮੈਂ ਪ੍ਰੈਸ਼ਰ ਕੁੱਕਰ ਲਿਆ ਹੈ, ਇਹਦੇ ਵਿੱਚ ਆਪਾਂ ਛੋਲਿਆਂ ਨੂੰ ਧੋ ਕੇ ਤਪਾ ਦੇਵਾਂਗੇ। ਅਤੇ ਹੁਣ ਆਪਾਂ ਛੋਲਿਆਂ ਦੇ ਵਿੱਚ ਪਾਣੀ ਪਾਵਾਂਗੇ। ਪਾਣੀ ਆਪਾਂ ਇੰਨਾ ਪਾਉਣਾ ਹੈ ਕਿ ਛੋਲਿਆਂ ਦੇ ਉੱਪਰ ਤੱਕ 1.5 ਇੰਚ ਪਾਣੀ ਰਹੇ। ਪਾਣੀ ਬਹੁਤ ਜ਼ਿਆਦਾ ਨਹੀਂ ਪਾਉਣਾ। ਪਾਣੀ ਤੁਸੀਂ ਦੇਖ ਸਕਦੇ ਹੋ ਸਿਰਫ ਮੈਂ ਇੰਨਾ ਹੀ ਪਾਇਆ ਹੈ ਜਿਹੜਾ ਕਿ ਛੋਲਿਆਂ ਤੋਂ 1.5 ਇੰਚ ਉੱਪਰ ਤੱਕ ਰਹੇ। ਅਤੇ ਬਾਕੀ ਜਿਹੜਾ ਪਾਣੀ ਪਾਉਣਾ ਹੈ ਆਪਾਂ ਤਰੀ ਵਾਸਤੇ, ਉਹ ਆਪਾਂ ਤੜਕੇ ਤੋਂ ਬਾਅਦ ਵਿੱਚ ਪਾਵਾਂਗੇ। ਹੁਣ 1/2 ਚਮਚ ਇਹਦੇ ਵਿੱਚ ਨਮਕ ਦਾ ਪਾ ਦੇਵਾਂਗੇ ਅਤੇ ਪ੍ਰੈਸ਼ਰ ਕੁੱਕਰ ਦਾ ਢੱਕਣ ਲਗਾ ਦੇਵਾਂਗੇ। ਅਤੇ ਪਾਣੀ ਇਸ ਕਰਕੇ ਮੈਂ ਇਹਦੇ ਵਿੱਚ ਘੱਟ ਪਾਇਆ ਹੈ, ਜੇ ਪਹਿਲਾਂ ਹੀ ਪਾਣੀ ਜ਼ਿਆਦਾ ਪਾ ਦੇਵਾਂਗੇ ਤਾਂ ਛੋਲੇ ਆਪਣੇ ਬਹੁਤ ਹੀ ਚਿਪਚਿਪੇ ਜਿਹੇ ਬਣ ਕੇ ਤਿਆਰ ਹੋਣਗੇ, ਜਿੰਨਾ ਕਿ ਸਬਜ਼ੀ ਸਵਾਦ ਨਹੀਂ ਬਣਦੀ। ਅਤੇ ਹੁਣ ਆਪਾਂ ਛੋਲਿਆਂ ਨੂੰ 4 ਵਿਸਲਾਂ ਲਗਾਉਣੀਆਂ ਹਨ। ਜੇਕਰ ਤੁਸੀਂ ਪੂਰੀ ਰਾਤ ਵਾਸਤੇ ਛੋਲੇ ਭਿਉਏ ਹਨ ਤੁਹਾਨੂੰ 3 ਵਿਸਲਾਂ ਹੀ ਲਗਾਉਣੀਆਂ ਪੈਣਗੀਆਂ। ਅਤੇ ਮੇਰੇ ਕੁਝ ਵੀਵਰਸ ਜਿਹੜੇ ਕਿ ਕੁਕਿੰਗ ਵਿੱਚ ਬਿਲਕੁਲ ਨਵੇਂ ਹਨ, ਉਹ ਮੈਨੂੰ ਹਮੇਸ਼ਾ ਹੀ ਕਹਿੰਦੇ ਹਨ ਕਿ ਤੁਸੀਂ ਪਿਆਜ਼, ਟਮਾਟਰ ਵਗੈਰਾ ਦਾ ਸਾਈਜ਼ ਜ਼ਰੂਰ ਦੱਸਿਆ ਕਰੋ ਕਿ ਕਿੰਨਾ ਤੁਸੀਂ ਯੂਜ਼ ਕੀਤਾ ਹੈ। ਤੜਕੇ ਲਈ ਹੁਣ ਮੈਂ 3 ਮੀਡੀਅਮ ਸਾਈਜ਼ ਦੇ ਪਿਆਜ਼ ਲਏ ਹਨ। ਇਹਨਾਂ ਨੂੰ ਆਪਾਂ ਕੱਟ ਕੇ ਚੋਪਰ ਵਿੱਚ ਬਿਲਕੁਲ ਬਰੀਕ ਚੋਪ ਕਰ ਲਵਾਂਗੇ, ਜਾਂ ਫਿਰ ਤੁਸੀਂ ਪਿਆਜ਼ ਨੂੰ ਕੱਦੂਕਸ ਵੀ ਕਰ ਸਕਦੇ ਹੋ। ਅਤੇ 2 ਮੀਡੀਅਮ ਸਾਈਜ਼ ਦੇ ਟਮਾਟਰ ਲਏ ਹਨ, ਛੋਟੇ ਟਮਾਟਰ ਤੁਸੀਂ 3 ਤੋਂ 4 ਲੈ ਸਕਦੇ ਹੋ। 2 ਹਰੀਆਂ ਮਿਰਚਾਂ ਲਈਆਂ ਹਨ, ਹਰੀ ਮਿਰਚ ਤੁਸੀਂ ਆਪਣੇ ਹਿਸਾਬ ਨਾਲ ਲੈ ਸਕਦੇ ਹੋ ਅਤੇ ਇਹਨਾਂ ਨੂੰ ਵੀ ਆਪਾਂ ਟਮਾਟਰਾਂ ਨਾਲ ਪੀਸ ਕੇ ਤਿਆਰ ਕਰ ਲਵਾਂਗੇ। 7 ਤੋਂ 8 ਕਲੀਆਂ ਲਸਣ ਦੀਆਂ ਲਈਆਂ ਹਨ ਅਤੇ 1 ਇੰਚ ਲਿਆ ਹੈ ਅਦਰਕ ਦਾ ਟੁਕੜਾ। ਇਹਨਾਂ ਦੋਨਾਂ ਚੀਜ਼ਾਂ ਨੂੰ ਆਪਾਂ ਕੱਟੇ ਹੀ ਕੁੱਟ ਲਵਾਂਗੇ ਜਾਂ ਫਿਰ ਚੋਪਰ ਵਿੱਚ ਚੋਪ ਕਰ ਲਵਾਂਗੇ। ਤੜਕੇ ਵਾਸਤੇ ਮੈਂ ਸਾਰੀਆਂ ਚੀਜ਼ਾਂ ਤਿਆਰ ਕਰਕੇ ਰੱਖ ਲਈਆਂ ਹਨ ਅਤੇ ਹੁਣ ਆਪਾਂ ਤੜਕਾ ਲਗਾਵਾਂਗੇ। ਅਤੇ ਹੁਣ ਛੋਲਿਆਂ ਨੂੰ ਵੀ 4 ਵਿਸਲ ਆ ਗਈਆਂ ਹਨ। ਹੁਣ ਆਪਾਂ ਪ੍ਰੈਸ਼ਰ ਕੁੱਕਰ ਖੋਲ੍ਹ ਕੇ ਦੇਖਾਂਗੇ ਕਿ ਛੋਲੇ ਕਿਸ ਤਰ੍ਹਾਂ ਦੇ ਹੋਏ ਹਨ। ਛੋਲੇ ਤੁਹਾਨੂੰ ਮੈਂ ਦਿਖਾ ਦਿੰਦੀ ਹਾਂ ਆਪਾਂ ਨੂੰ ਕਿਸ ਤਰ੍ਹਾਂ ਦੇ ਚਾਹੀਦੇ ਹਨ। ਇਕੱਲੇ ਇਕੱਲੇ ਹੀ ਹੋਣੇ ਚਾਹੀਦੇ ਹਨ, ਪਰ ਵੈਸੇ ਇਹ ਮੈਸ਼ ਹੋਣੇ ਵੀ ਬਹੁਤ ਜ਼ਿਆਦਾ ਜ਼ਰੂਰੀ ਹਨ। ਇਸ ਤਰ੍ਹਾਂ ਦੇ ਆਪਾਂ ਨੂੰ ਛੋਲੇ ਚਾਹੀਦੇ ਹਨ। ਜੇ ਆਪਾਂ ਛੋਲਿਆਂ ਦੀ ਬਹੁਤ ਜ਼ਿਆਦਾ ਵਿਸਲ ਲਗਾ ਦੇਵਾਂਗੇ, ਛੋਲੇ ਬਹੁਤ ਜ਼ਿਆਦਾ ਮੈਸ਼ ਹੋ ਜਾਣਗੇ, ਜਿੰਨਾ ਕਿ ਸਬਜ਼ੀ ਸਵਾਦ ਨਹੀਂ ਬਣਦੀ। ਹੁਣ ਤੜਕਾ ਆਪਾਂ ਪ੍ਰੈਸ਼ਰ ਕੁੱਕਰ ਦੇ ਵਿੱਚ ਹੀ ਲਗਾਉਣਾ ਹੈ। ਇਹਦੇ ਵਿੱਚ ਪਾਵਾਂਗੇ 4 ਚਮਚ ਸਰੋਂ ਦਾ ਤੇਲ। ਤੁਸੀਂ ਕੁਕਿੰਗ ਓਇਲ ਆਪਣੀ ਮਨਪਸੰਦ ਦਾ ਕੋਈ ਵੀ ਲੈ ਸਕਦੇ ਹੋ। ਤੇਲ ਨੂੰ ਹੁਣ ਆਪਾਂ ਗਰਮ ਕਰ ਲਵਾਂਗੇ। ਤੇਲ ਗਰਮ ਹੋ ਗਿਆ ਅਤੇ ਇਹਦੇ ਵਿੱਚ ਪਾਵਾਂਗੇ 1/2 ਚਮਚ ਜੀਰਾ। ਜੀਰੇ ਨੂੰ ਆਪਾਂ ਹਲਕਾ ਜਿਹਾ ਫਰਾਈ ਕਰ ਲਵਾਂਗੇ ਤਾਂ ਕਿ ਇਹਦਾ ਕਲਰ ਹਲਕਾ ਜਿਹਾ ਚੇਂਜ ਹੋ ਜਾਵੇ। ਹੁਣ ਚੋਪਰ ਵਿੱਚ ਚੋਪ ਕੀਤੇ ਹੋਏ ਪਿਆਜ਼ ਆਪਾਂ ਤੇਲ ਦੇ ਵਿੱਚ ਪਾ ਦੇਵਾਂਗੇ। ਪਿਆਜ਼ਾਂ ਵਿੱਚ ਕਾਫ਼ੀ ਜ਼ਿਆਦਾ ਪਾਣੀ ਹੈ ਜਿਹਦੇ ਕਰਕੇ ਛਿੱਟੇ ਪੈ ਰਹੇ ਹਨ, ਅਤੇ ਇਸ ਤਰੀਕੇ ਨਾਲ ਆਪਾਂ ਪਿਆਜ਼ ਨੂੰ ਭੁੰਨ ਲਵਾਂਗੇ। ਪਿਆਜ਼ ਨੂੰ ਆਪਾਂ ਮੀਡੀਅਮ ਫਲੇਮ 'ਤੇ ਗੋਲਡਨ ਜਿਹਾ ਹੋਣ ਤੱਕ ਭੁੰਨਣਾ ਹੈ। ਪਿਆਜ਼ ਨੂੰ ਭੁੰਨਣ ਵਿੱਚ ਕਾਫ਼ੀ ਟਾਈਮ ਲੱਗ ਜਾਂਦਾ ਹੈ, ਇਸ ਕਰਕੇ ਸਭ ਤੋਂ ਪਹਿਲਾਂ ਇਹਦੇ ਵਿੱਚ ਆਪਾਂ ਸਵਾਦ ਅਨੁਸਾਰ ਨਮਕ ਪਾਉਣਾ ਹੈ। ਨਮਕ ਬਹੁਤ ਧਿਆਨ ਨਾਲ ਪਾਉਣਾ ਹੈ, ਨਮਕ ਪਾਉਣ ਨਾਲ ਪਿਆਜ਼ ਬਹੁਤ ਜਲਦੀ ਭੁੱਜ ਜਾਂਦਾ ਹੈ।
ਮੈਂ ਜ਼ਿਆਦਾਤਰ ਨਮਕ ਜਿਹੜਾ ਹੈ ਪਿਆਜ਼ ਦੇ ਨਾਲ ਹੀ ਪਾ ਦਿੰਦੀ ਹਾਂ ਤਾਂ ਕਿ ਪਿਆਜ਼ ਜਲਦੀ ਭੁੱਜ ਜਾਵੇ ਅਤੇ ਮੇਰੇ ਕੁਝ ਵੀਵਰਸ ਕਹਿੰਦੇ ਨੇ ਮੈਮ ਤੁਸੀਂ ਸਬਜ਼ੀ ਵਿੱਚ ਨਮਕ ਹੀ ਨਹੀਂ ਪਾਇਆ। ਤੁਸੀਂ ਪਲੀਜ਼ ਰੈਸਪੀ ਨੂੰ ਲਾਸਟ ਤੱਕ ਜ਼ਰੂਰ ਦੇਖਿਆ ਕਰੋ, ਸਕਿੱਪ ਬਿਲਕੁਲ ਨਾ ਕਰਿਆ ਕਰੋ, ਤਾਂ ਹੀ ਤੁਹਾਨੂੰ ਪੂਰੀ ਰੈਸਪੀ ਦਾ ਪਤਾ ਲੱਗੇਗਾ। ਨਮਕ ਪਹਿਲਾਂ ਹੀ ਪਾਉਣਾ, ਪਿਆਜ਼ ਬਹੁਤ ਹੀ ਵਧੀਆ ਭੁੱਜ ਜਾਂਦਾ, ਤੁਸੀਂ ਦੇਖ ਸਕਦੇ ਹੋ ਕਲਰ ਲਾਈਟ ਜਾਂ ਗੋਲਡਨ ਹੋ ਗਿਆ ਹੈ। ਅਤੇ ਇਹਦੇ ਵਿੱਚ ਹੁਣ ਆਪਾਂ ਕੁੱਟਿਆ ਹੋਇਆ ਅਦਰਕ ਅਤੇ ਲਸਣ ਪਾ ਦੇਵਾਂਗੇ। ਤੁਸੀਂ ਅਦਰਕ ਲਸਣ ਨੂੰ ਕੁੱਟ ਕੇ ਵੀ ਲੈ ਸਕਦੇ ਹੋ ਜਾਂ ਫਿਰ ਤੁਸੀਂ ਇਹਨੂੰ ਚੋਪਰ ਵਿੱਚ ਚੋਪ ਕਰਕੇ ਵੀ ਪਾ ਸਕਦੇ ਹੋ। ਅਦਰਕ ਲਸਣ ਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਲਵਾਂਗੇ ਤਾਂ ਕਿ ਇਹਦਾ ਕੱਚਾਪਨ ਖਤਮ ਹੋ ਜਾਵੇ ਅਤੇ ਪਿਆਜ਼ ਦੇ ਨਾਲ ਆਪਾਂ ਇਹਨੂੰ ਲਾਈਟ ਜਿਹਾ ਗੋਲਡਨ ਕਰ ਲਵਾਂਗੇ। ਹੁਣ ਅਦਰਕ ਲਸਣ ਪਿਆਜ਼ ਬਹੁਤ ਹੀ ਵਧੀਆ ਭੁੱਜ ਗਿਆ ਹੈ, ਤੜਕਾ ਬਹੁਤ ਵਧੀਆ ਆਪਣਾ ਲਾਈਟ ਜਾਂ ਗੋਲਡਨ ਹੋ ਗਿਆ ਹੈ ਅਤੇ ਇਹਦੇ ਵਿੱਚ ਆਪਾਂ ਕੁਝ ਮਸਾਲੇ ਐਡ ਕਰਾਂਗੇ। ਅੱਧਾ ਚਮਚ ਇਹਦੇ ਵਿੱਚ ਕਸ਼ਮੀਰੀ ਲਾਲ ਮਿਰਚ ਪਾਵਾਂਗੇ, ਇਹਦੇ ਨਾਲ ਕਲਰ ਸਬਜ਼ੀ ਦਾ ਬਹੁਤ ਵਧੀਆ ਆਉਂਦਾ ਹੈ, ਇਹ ਮਿਰਚ ਬਿਲਕੁਲ ਵੀ ਕੌੜੀ ਨਹੀਂ ਹੁੰਦੀ। ਅਤੇ ਅੱਧਾ ਚਮਚ ਪਾਵਾਂਗੇ ਧਨੀਏ ਦਾ ਪਾਊਡਰ ਅਤੇ ਅੱਧਾ ਚਮਚ ਹਲਦੀ ਪਾ ਦੇਵਾਂਗੇ। ਮਸਾਲੇ ਪਾਉਣ ਲੱਗੇ ਹਮੇਸ਼ਾ ਹੀ ਫਲੇਮ ਨੂੰ ਲੋਅ ਰੱਖਣਾ ਚਾਹੀਦਾ ਹੈ। ਹੁਣ ਆਪਾਂ ਇਹਨਾਂ ਮਸਾਲਿਆਂ ਨੂੰ 15 ਸੈਕਿੰਡ ਵਾਸਤੇ ਭੁੰਨ ਲਵਾਂਗੇ। ਤੜਕੇ ਨੂੰ ਮੈਂ ਹਲਕਾ ਜਿਹਾ ਭੁੰਨ ਲਿਆ ਹੈ ਅਤੇ ਇਹਦੇ ਵਿੱਚ ਆਪਾਂ ਹੁਣ 2 ਟਮਾਟਰ 2 ਹਰੀਆਂ ਮਿਰਚਾਂ ਨੂੰ ਮਿਕਸੀ ਵਿੱਚ ਪੀਸ ਲਿਆ ਸੀ ਅਤੇ ਉਹ ਆਪਾਂ ਤੜਕੇ ਵਿੱਚ ਪਾ ਦੇਵਾਂਗੇ। ਹੁਣ ਟਮਾਟਰ ਦੀ ਪਿਊਰੀ ਆਪਾਂ ਉਦੋਂ ਤੱਕ ਭੁੰਨਾਂਗੇ ਜਦੋਂ ਤੱਕ ਚੰਗੀ ਤਰ੍ਹਾਂ ਦਾ ਪਾਣੀ ਨਹੀਂ ਸੁੱਕ ਜਾਂਦਾ। ਟਮਾਟਰ ਦਾ ਪਾਣੀ ਚੰਗੀ ਤਰ੍ਹਾਂ ਸੁੱਕ ਗਿਆ ਹੈ, ਤੁਸੀਂ ਦੇਖ ਸਕਦੇ ਹੋ ਜਿਹੜਾ ਮਸਾਲਾ ਹੈ ਇਕਸਾਰ ਹੋ ਗਿਆ ਹੈ, ਟਮਾਟਰ ਪਿਆਜ਼ ਸਾਰਾ ਕੁਝ ਇਕਸਾਰ ਹੋ ਚੁੱਕਿਆ ਹੈ, ਮਸਾਲਾ ਆਪਣਾ ਬਹੁਤ ਵਧੀਆ ਜਿਹੜਾ ਤਿਆਰ ਹੋ ਗਿਆ ਹੈ। ਕੁਝ ਡਰਾਈ ਲੱਗ ਰਿਹਾ ਹੈ ਕਿਉਂਕਿ ਤੇਲ ਆਪਾਂ ਜ਼ਿਆਦਾ ਯੂਜ਼ ਨਹੀਂ ਕੀਤਾ ਅਤੇ ਇਹਦੇ ਵਿੱਚ ਆਪਾਂ 2 ਚਮਚ ਪਾ ਦੇਵਾਂਗੇ ਦੇਸੀ ਘਿਓ ਦੇ। ਤੁਸੀਂ ਦੇਸੀ ਘਿਓ ਇਸ ਤਰੀਕੇ ਨਾਲ ਤੜਕੇ ਵਿੱਚ ਪਾਓਗੇ ਤੁਹਾਡੀ ਸਬਜ਼ੀ ਬਹੁਤ ਜ਼ਿਆਦਾ ਟੇਸਟੀ ਅਤੇ ਹੈਲਦੀ ਬਣ ਕੇ ਤਿਆਰ ਹੋਏਗੀ। ਅਤੇ ਘਿਓ ਪਾ ਕੇ ਹਲਕਾ ਜਿਹਾ ਆਪਾਂ ਤੜਕੇ ਨੂੰ ਇੱਕ ਵਾਰੀ ਫਿਰ ਤੋਂ ਭੁੰਨ ਲਵਾਂਗੇ। ਹੁਣ ਅੱਧਾ ਚਮਚ ਇਹਦੇ ਵਿੱਚ ਕਸੂਰੀ ਮੇਥੀ ਪਾ ਦੇਵਾਂਗੇ। ਕਸੂਰੀ ਮੇਥੀ ਪਾਉਣ ਨਾਲ ਇਹ ਸਬਜ਼ੀ ਬਹੁਤ ਟੇਸਟੀ ਬਣਦੀ ਹੈ। ਸਬਜ਼ੀ ਚਾਹੇ ਤਰੀ ਵਾਲੀ ਕੋਈ ਵੀ ਹੋਵੇ, ਉਹਦੇ ਵਿੱਚ ਕਸੂਰੀ ਮੇਥੀ ਪਾਓਗੇ ਸਬਜ਼ੀ ਦਾ ਸਵਾਦ ਹੋਰ ਵੀ ਜ਼ਿਆਦਾ ਵੱਧ ਜਾਏਗਾ। ਹੁਣ 2 ਕੁ ਚਮਚ ਇਹਦੇ ਵਿੱਚ ਪਾਣੀ ਪਾ ਦੇਵਾਂਗੇ। ਮਿਕਸੀ ਨੂੰ ਧੋ ਕੇ ਮੈਂ ਇਹਦੇ ਵਿੱਚ ਪਾਣੀ ਪਾ ਦਿੱਤਾ ਹੈ ਅਤੇ ਇੱਕ ਵਾਰੀ ਹਲਕਾ ਜਿਹਾ ਤੜਕੇ ਨੂੰ ਫਿਰ ਤੋਂ ਪਕਾ ਲਵਾਂਗੇ। ਇਸ ਤਰੀਕੇ ਨਾਲ ਥੋੜ੍ਹਾ ਜਿਹਾ ਪਾਣੀ ਪਾਉਣ ਨਾਲ ਮਸਾਲੇ ਬਹੁਤ ਹੀ ਵਧੀਆ ਫੁੱਲ ਜਾਂਦੇ ਹਨ, ਤੜਕੇ ਦੀ ਕੰਸਿਸਟੈਂਸੀ ਬਹੁਤ ਹੀ ਵਧੀਆ ਆ ਜਾਂਦੀ ਹੈ ਅਤੇ ਮਸਾਲਾ ਜਿਹੜਾ ਹੈ ਬਹੁਤ ਵਧੀਆ ਤਿਆਰ ਹੋ ਜਾਂਦਾ ਹੈ। ਅਤੇ ਮਸਾਲਾ ਹੁਣ ਬਹੁਤ ਵਧੀਆ ਤਿਆਰ ਹੋ ਗਿਆ ਹੈ ਅਤੇ ਇਹਦੇ ਵਿੱਚ ਹੁਣ ਆਪਾਂ ਉਬਾਲੇ ਹੋਏ ਛੋਲੇ ਜਿਹੜੇ ਸੀ ਉਹ ਪਾ ਦੇਵਾਂਗੇ, ਨਾਲ ਹੀ ਸਾਰਾ ਪਾਣੀ ਵੀ ਪਾ ਦਿੱਤਾ ਹੈ ਅਤੇ ਹੁਣ ਇੱਕ ਵਾਰੀ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਵਾਂਗੇ। ਅਤੇ ਹੁਣ ਆਪਾਂ ਛੋਲਿਆਂ ਵਿੱਚ ਕੁਝ ਪਾਣੀ ਪਾਵਾਂਗੇ, ਪਾਣੀ ਤੁਸੀਂ ਆਪਣੇ ਹਿਸਾਬ ਨਾਲ ਇਹਦੇ ਵਿੱਚ ਪਾ ਸਕਦੇ ਹੋ, ਤੁਹਾਨੂੰ ਕਿੰਨਾ ਕੁ ਪਾਣੀ ਚਾਹੀਦਾ ਹੈ। 1.25 ਗਲਾਸ ਮੈਂ ਇਹਦੇ ਵਿੱਚ ਪਾਣੀ ਦਾ ਪਾਵਾਂਗੇ ਅਤੇ ਮਿਕਸ ਕਰ ਦੇਵਾਂਗੇ। ਇਹਨਾਂ ਛੋਲਿਆਂ ਵਿੱਚ ਪਾਣੀ ਬਹੁਤ ਜ਼ਿਆਦਾ ਨਹੀਂ ਪੈਂਦਾ, ਬਸ ਇੰਨਾ ਕੁ ਪਾਣੀ ਆਪਾਂ ਇਹਦੇ ਵਿੱਚ ਪਾਇਆ ਹੈ, ਬਿਲਕੁਲ ਪਰਫੈਕਟ ਹੈ, ਤੁਸੀਂ ਆਪਣੇ ਹਿਸਾਬ ਨਾਲ ਦੇਖ ਸਕਦੇ ਹੋ। ਅਤੇ ਹੁਣ ਆਪਾਂ ਢੱਕਣ ਲਗਾ ਦੇਵਾਂਗੇ, ਢੱਕਣ ਲਗਾ ਕੇ ਵਿਸਲ ਲਗਾ ਕੇ 2 ਵਿਸਲਾਂ ਹੋਰ ਲਗਾ ਲਵਾਂਗੇ। ਅਤੇ ਹੁਣ ਮੈਂ 2 ਵਿਸਲਾਂ ਲਗਾ ਲਈਆਂ ਹਨ, ਹੁਣ ਆਪਾਂ ਪ੍ਰੈਸ਼ਰ ਕੁੱਕਰ ਖੋਲ੍ਹ ਕੇ ਦੇਖਾਂਗੇ। ਗ੍ਰੇਵੀ ਹੁਣ ਆਪਣੀ ਬਿਲਕੁਲ ਸਹੀ ਹੈ ਕਿਉਂਕਿ ਜਦੋਂ ਸਬਜ਼ੀ ਥੋੜ੍ਹੀ ਦੇਰ ਪਈ ਰਹੇਗੀ ਤਾਂ ਆਪਣੇ ਆਪ ਹੀ ਥੋੜ੍ਹੀ ਜਿਹੀ ਹੋਰ ਵੀ ਗਾੜੀ ਹੋ ਜਾਏਗੀ। ਹੁਣ ਆਪਾਂ ਗੈਸ ਦੀ ਫਲੇਮ ਇੱਕ ਵਾਰੀ ਔਨ ਕਰ ਦੇਵਾਂਗੇ, ਸਬਜ਼ੀ ਨੂੰ ਹਲਕਾ ਜਿਹਾ ਹੋਰ ਪਕਾਵਾਂਗੇ।
ਹੁਣ ਅੱਧਾ ਚਮਚ ਇਹਦੇ ਵਿੱਚ ਆਪਾਂ ਗਰਮ ਮਸਾਲਾ ਪਾ ਦੇਵਾਂਗੇ ਅਤੇ ਇੱਕ ਵਾਰੀ ਮਿਕਸ ਕਰਾਂਗੇ। ਬਰੀਕ ਕੱਟਿਆ ਹੋਇਆ ਹਰਾ ਧਨੀਆ ਵੀ ਇਹਦੇ ਵਿੱਚ ਪਾ ਦੇਵਾਂਗੇ ਅਤੇ ਮਿਕਸ ਕਰਾਂਗੇ। ਸਬਜ਼ੀ ਨੂੰ ਆਪਾਂ 2 ਮਿੰਟ ਹੋਰ ਪਕਾ ਲਵਾਂਗੇ। ਹੁਣ ਮੈਂ ਛੋਲਿਆਂ ਨੂੰ 2 ਮਿੰਟ ਵਾਸਤੇ ਲੋਅ ਫਲੇਮ 'ਤੇ ਢੱਕ ਕੇ ਰੱਖ ਦਿੱਤਾ ਹੈ। ਹੁਣ ਆਪਣੇ ਛੋਲੇ ਮਸਾਲਾ ਬਣ ਕੇ ਬਿਲਕੁਲ ਤਿਆਰ ਹੈ। ਬਹੁਤ ਵਧੀਆ ਛੋਲੇ ਮਸਾਲਾ ਬਣ ਕੇ ਤਿਆਰ ਹੋਇਆ ਹੈ। ਛੋਲੇ, ਤਰੀ, ਸਾਰਾ ਕੁਝ ਇਕਸਾਰ ਹੋ ਗਿਆ ਹੈ। ਬਹੁਤ ਹੀ ਵਧੀਆ ਕੰਸਿਸਟੈਂਸੀ ਆਈ ਹੈ। ਆਪਣੇ ਛੋਲੇ ਮਸਾਲਾ ਬਹੁਤ ਹੀ ਵਧੀਆ ਬਣੇ ਹਨ। ਗਰਮਾ ਗਰਮ ਪੰਜਾਬੀ ਛੋਲੇ ਮਸਾਲਾ ਬਣ ਕੇ ਬਿਲਕੁਲ ਤਿਆਰ ਹਨ। ਤੁਸੀਂ ਇਹਨਾਂ ਨੂੰ ਰੋਟੀ ਨਾਲ, ਪਰਾਂਠੇ ਨਾਲ, ਪੂੜੀ ਨਾਲ ਜਾਂ ਚਾਵਲ ਨਾਲ ਕਿਸੇ ਵੀ ਚੀਜ਼ ਦਾ ਖਾ ਸਕਦੇ ਹੋ। ਬਹੁਤ ਹੀ ਮਜ਼ੇਦਾਰ ਲੱਗਦੇ ਹਨ। ਤੁਹਾਨੂੰ ਮੇਰੀ ਅੱਜ ਦੀ ਇਹ ਛੋਲੇ ਮਸਾਲਾ ਦੀ ਰੈਸਪੀ ਕਿਸ ਤਰ੍ਹਾਂ ਲੱਗੀ ਮੈਨੂੰ ਕਮੈਂਟਸ ਵਿੱਚ ਜ਼ਰੂਰ ਦੱਸਣਾ ਅਤੇ ਮੇਰੇ ਚੈਨਲ ਯਮ ਤੜਕਾ ਪੰਜਾਬੀ ਕੁਕਿੰਗ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ। ਤਾਂ ਫਿਰ ਮਿਲਦੇ ਹਾਂ ਕਿਸੇ ਇਸ ਤਰ੍ਹਾਂ ਦੀ ਹੋਰ ਟੇਸਟੀ ਅਤੇ ਡਿਲੀਸ਼ੀਅਸ ਰੈਸਪੀ ਦੇ ਨਾਲ। ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ।